ਸਤਿਕਾਲ ਜੀ, ਮੈਂ ਸੰਦੀਪ ਨੰਗਲਾ ਪੀਆ ਤੇ ਅੱਜ ਅਸੀਂ ਇਸ ਪਿੰਡ ਦੀ ਗਰਾਊਂਡ ਵਿੱਚ ਇਕੱਠੇ ਹੋਏ ਹਾਂ। ਸਾਨੂੰ ਪਤਾ ਹੀ ਆ ਵੀ ਪੰਜਾਬ ਦਾ ਚੌਥਾ ਸਕੂਲ ਸੀਗਾ 2 ਫਰਵਰੀ ਨੂੰ ਕਰਵਾਇਆ ਜਾ ਰਿਹਾ, ਉਹਦੇ ਸੰਬੰਧ ਵਿੱਚ ਪੂਰੀਆਂ ਤਿਆਰੀਆਂ ਪੂਰੇ ਜ਼ੋਰ ਚੱਲ ਰਹੀਆਂ ਆ ਅਤੇ ਤੁਸੀਂ ਦੇਖ ਸਕਦੇ ਆ ਆਹ ਗਰਾਊਂਡ ਆ ਅਤੇ ਸਾਡੇ ਮਤਲਬ ਆਲੇ ਦੁਆਲੇ ਅਸੀਂ ਜਾਈ ਲਵਾਈ ਆ ਆਈ ਕੇ ਗਈ ਆ ਅਤੇ ਸਾਡੀ ਗਰਾਊਂਡ ਆ ਮੂਹਰੇ ਸਾਡੇ ਇੱਥੇ ਜਿਹੜਾ ਟੋਆ ਪੱਟਿਆ ਗਿਆ ਇੱਥੇ ਟੇਬਲ ਅਤੇ ਕੁਰਸੀਆਂ ਰੱਖਣਗੀਆਂ ਜਿੱਥੇ ਵੀ ਆਈ ਪੀ ਸਾਡੇ ਸੱਜਾ ਜਿਹਨਾਂ ਦੇ ਸਹਿਯੋਗ ਨਾਲ ਇਹ ਐਡਾ ਵੱਡਾ ਕਬੱਡੀ ਦਾ ਮਹਾਂਕੁੰਭ ਹੋ ਰਿਹਾ ਅਤੇ ਇੱਥੇ ਆਪਣੇ ਉਹਨਾਂ ਦੀ ਵੀ ਆਈ ਪੀ ਕੁਰਸੀ ਰੱਖਣਗੀਆਂ ਅਤੇ ਕਿਸੇ ਵੀ ਸਟੈਪ ਦੀ ਵੀ ਆਈ ਪੀ ਉਦੋਂ ਜਿਸ ਸਟੈਪ 'ਤੇ ਸਾਡੇ ਸੱਜੇ ਦੇ ਪਿੰਡ ਵਾਲੇ ਜਾ ਕੇ ਜਿਹੜੇ ਹੋ ਗਏ ਐਨ ਆਈ ਬਦਲ ਬਦਲ ਉਹਨਾਂ ਵਾਸਤੇ ਬੈਠਣ ਦਾ ਉਦੋਂ ਪਿੱਛੇ ਟਾਈਆਂ ਟਰਾਲੀਆਂ ਅਤੇ ਕਾਫੀ ਵੱਡਾ ਇੰਤਜ਼ਾਮ ਕੀਤਾ ਗਿਆ ਆ। ਸਾਨੂੰ ਪੂਰੀ ਉਮੀਦ ਹੈ ਵੀ ਦਰਸ਼ਕ ਪਹੁੰਚ ਕੇ ਹਮਾ ਕੇ ਸਾਡਾ ਹੋਰ ਹੌਸਲਾ ਵਧਾਉਣਗੇ। ਇੱਥੇ ਇੱਕ ਮੈਂ ਹੋਰ ਗੱਲ ਕਰੀ ਚਾਹੁੰਦਾ ਦਰਸ਼ਕਾਂ ਵਾਸਤੇ ਸਪੈਸ਼ਲ, ਜਿੱਦਾਂ ਪਿਛਲੇ 2 ਕੱਪਾਂ ਤੋਂ ਤੁਹਾਨੂੰ ਬੈਠਿਆਂ ਨੂੰ ਪਾਣੀ ਮਿਲ ਰਿਹਾ ਸੀਗਾ, ਇਸ ਵਾਰੀ ਤੁਹਾਨੂੰ ਬੈਠਿਆਂ ਨੂੰ ਗੁਰੂ ਘਰ ਲੰਗਰ ਤੁਹਾਡੇ ਤੱਕ ਪਹੁੰਚਾਇਆ ਜਾਵੇਗਾ। ਸਾਡਾ ਇਹ ਪੂਰਾ ਇੰਤਜ਼ਾਮ ਹੋ ਚੁੱਕਾ ਆ, ਪੂਰਾ ਸਾਡਾ ਪਲੈਨ ਬਣ ਗਿਆ ਆ ਅਤੇ ਸਾਰੇ ਦਰਸ਼ਕਾਂ ਨਾਲ ਜੁੜ ਕੇ ਬੇਨਤੀ ਆ ਤੁਸੀਂ ਆਪਣੇ ਕੀਮਤੀ ਟਾਈਮ 'ਚੋਂ ਟਾਈਮ ਕੱਢ ਕੇ 2 ਤਰੀਕ ਨੂੰ ਪਿੰਡ ਨੰਗਲਾ ਪੀਆ ਉੱਥੇ ਪਹੁੰਚਣਾ ਅਤੇ ਪੰਜਾਬ ਦੇ ਸੁਪਰ ਕਬੱਡੀ ਕੱਪ ਦਾ ਆਨੰਦ ਮਾਣਨਾ। ਧੰਨਵਾਦ ਜੀ।